ਉਹੀ ਦਬ ਗਿਆ ਫੁੱਫੜਾ ਪੈਂਦਾ ਸਾਰਾ ਪਿੰਡ ਫੁੱਫੜ ਫੁੱਟ ਗਈ ਇਹਦਾ जीरो डेला भाई खड़ी है सामने सरकारी की 10,700 जीरो डेलो लाल रंग वाली 11 सज्जन का जी। हाँ जी सत श्री अकाल दोस्तों, मैं तुहाडा अपना दीप नेर अज थोड़े लिए लेके आए आपां लाइव बोली पिंड पक्खो जिला बरनाला दे विच सोसाइटी दे विच इह बोली होण जा रही है। जिहड़े संद ने बिल्कुल नवी हालत दे विच ने, देखदे आं आपां किहड़ा संद किहड़े रेट जांदा, तुहानूं पहलां संदां दे दर्शन कराउणे आ। आ जी फार्म ट्रैक 60-60 दा 13 मॉडल है ट्रैक्टर, इक हत्थ चलिया टायर नाल दे ने, इंजन दे जमा ओके है ਤੇ ਬਾਕੀ ਉਧਰ ਦਿਖਾਉਣੇ ਆ ਜੋ ਉਧਰ ਸੰਦ ਹੈ ਸਾਰੇ ਸੰਦ ਦੋਸਤੋ ਚਾਲੂ ਹਾਲਤ ਦੇ ਵਿੱਚ ਮੰਗਿਆ ਘੰਟੇ ਕਿੰਨੇ ਘੰਟੇ ਚੱਲੇ ਜੀ ਕਿੰਨੇ ਘੰਟੇ ਚੱਲੇ ਜੀ ਉਹ ਚਾ ਆਲੂ ਬੀਜਣ ਵਾਲੀ ਮਸ਼ੀਨ ਇਹ ਵੀ ਬਹੁਤ ਵਧੀਆ ਹਾਲਤ ਦੇ ਵਿੱਚ ਹੈ। ਬਾਕੀ ਰੇਟ ਜਦੋਂ ਕਰਨਗੇ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ। ਆ ਜਾ ਜਿੰਦਰਾ ਜੀ ਫੱਟਾ ਪੂਣਾ, ਆ ਜੀ ਕਬੀਆਂ ਦਾ ਸੈੱਟ ਤੇ ਆਲੂ ਬਟਨ ਵਾਲੀ ਹਾਂ ਉਹ ਆਲੂ ਰੇਟ ਘਟਾ ਹੋਗਾ ਥੋੜਾ ਜਿਹਾ ਬਾਲਾ ਤਾਂ ਹੀ ਬੈਠੇ ਰੇਟ ਬਾਲਾ ਕਰੀ ਬੈਠੇ ਨੇ ਬਾਲਾ ਤਾਂ ਹੀ 47,000 ਰੁਪਏ ਪੁੱਛਾਂਗੇ ਸਾਨੂੰ ਤਾਂ ਬੋਲੀ ਤੇ ਦੇਖਾਂ ਹੁਣ ਕੀ ਲਾਉਣਾ ਨੂੰ ਹਲੋ 15,000 ਉਹ ਦੋਸਤੋ ਆਲੂ ਜਿਹੜੀ ਪਟਣ ਵਾਲੀ ਮਸ਼ੀਨ ਆ ਗਈ ਨਹੀਂ ਕਣਕ ਵਾਲੀ ਆ ਕਣਕ ਬੀਜਣ ਵਾਲੀ ਆ ਟਾਵੇਂ ਆ ਰਹੇ ਆ ਤਵੀਆਂ ਆ ਗਈਆਂ ਉਧਰ ਆਪਣੀ ਆ ਗਈ ਦੂਜੀ ਮਸ਼ੀਨ टुट गई 25% नगद अज पैसे देगा 75% 10 दिन तो लोन सी लोन क्लीयर का सर्टिफिकेट असीं दे देंगे शाम तक ਉਹ 10 ਦਿਨਾਂ ਦੇ ਵਿੱਚ ਨਗਦ ਪੇਮੈਂਟ ਦੀ ਨਹੀਂ ਉਹ ਚੈੱਕ ਰਾਹੀਂ ਪੇਮੈਂਟ ਲੈਤੀ ਜਾਊ ਜਿਹਦੇ ਨਾਲ ਬੋਲੀ ਟੁੱਟੂਗੀ ਕਿਉਂਕਿ ਉਸੇ ਦੇ ਨਾਲ ਅਸੀਂ ਸਰਟੀਫਿਕੇਟ ਦੇਵਾਂਗੇ ਜਿਹੜਾ ਕਾਪੀ ਵਾਸਤੇ ਹੋਊਗਾ ਇਹ ਨਾ ਹੋਵੇ ਵੀ ਇੱਥੇ ਰਿਕਾਰਡ 'ਚ ਬੋਲੀ ਕਿਤੇ ਹੋਰ ਲਿਖਾ ਦਿਓ ਕਾਪੀ ਦੇ ਕਿਤੇ ਤੁਸੀਂ ਨਾ ਚੜਾਉਣ ਵੇਲੇ ਕੋਈ ਹੋਰ ਹੋ ਜੇ ਬੋਲੀ ਟਰੈਕਟਰ ਦੀ ਉਹੀ ਦਿਓ ਉਸੇ ਦੇ ਅੱਗੇ ਜਾ ਕੇ ਉਹ ਨਾ ਹੋਣਾ ਕਿਉਂਕਿ ਉਹ ਕਾਰਵਾਈ ਦੇ ਵਿੱਚ ਆਊਗਾ ਉਹ ਬੰਦਾ ਸ਼ੁਰੂ ਕਰੀਏ ਬਾਈ ਜਿੰਦਰਾ ਬੱਟਾ ਵਾਲਾ ਜੀ ਇਹਦੀ ਜਿਹੜੀ ਸਟਾਰਟਿੰਗ ਕੀਮਤ ਤਾਂ 1,098 ਰੁਪਏ ਹੈ ਜੀ ਇਹ ਕੋਈ ਜਿੰਦਰੇ ਦੀ ਬੋਲੀ ਦੇਣਾ ਚਾਹਵਾ ਨਾ ਤਾਂ ਬੋਲੀ ਦੇ ਸਰ ਗਰਮੇਲ ਸਿੰਘ 2500 ਜੀ ਇੱਧਰ ਆਓ ਬਾਪੂ ਜੀ ਇੱਧਰ ਆਓ ਅੱਗੇ ਗਰਮੇਲ ਗਰਮੇਲ ਸਿੰਘ ਕੀ ਨਾਮ ਹੈ ਜੀ ਮਾੜਾ ਜੀ ਟੰਨਵਾ ਪਾੜਾ ਟੰਨਵਾ ਦਾ 3000 ਜੀ ਇੱਕ ਮਿੰਟ ਹੌਲੀ ਬੋਲੋ 3500 ਇੱਕ ਮਿੰਟ ਛੋਟਾ ਕਿੰਨਾ ਜੀ ਗਰਮੇਲ ਸਿੰਘ ਜੀ ਹਾਂਜੀ 3500 ਗਰਮੇਲ ਸਿੰਘ ਜੀ 4000 ਜੀ ਹਾਂਜੀ 4000 ਪਾੜੇ ਦਾ ਲਿਖੋ ਜੀ 4100 ਕੀ ਦਾ ਜੀ 4500 5000 ਪਾੜੇ ਦਾ ਜੀ 5000 ਲਿਖੋ ਜੀ ਪਾੜੇ ਦਾ ਆ ਰੇਟ ਨੋਟ ਕਰਿਆ ਜੀ 8 ਨੰਬਰ ਦੇ 5000 ਜੀ 5500 ਦਾ ਨੰਬਰ6000 हो गया जी पाड़े का नोट करो 6000 ਇੱਕ ਮਿੰਟ ਕਰਮੇਲ ਸਿੰਘ 6500 ਬਟਾਂ ਵਾਲਾ ਜਿੰਦਰਾ ਭਾਈ ਬੋਲੋ ਭਾਈ ਬਟਾਂ ਵਾਲਾ ਜਿੰਦਰਾ 500 ਰੁਪਇਆ ਕਰਮੇਲ ਸਿੰਘ
ਗੁਰਮੇਲ ਸਿੰਘ ਦਾ 6500 ਰੁਪਇਆ ਜੀ। ਇੱਕ ਦੋ ਤਿੰਨ ਬਾਪੂ ਦਾ ਪਿੰਡ ਆ ਬਾਈ 6500 ਗੁਰਮੇਲ ਸਿੰਘ 6500 ਦੇ ਚਿੱਟੇ ਰੰਗ ਵਾਲੀ 4173 ਰੁਪਏ ਦਾ ਸਰਕਾਰੀ ਰੇਟ ਹੈ ਜੀ। 4173 ਰੁਪਏ ਇੱਕ ਮਿੰਟ ਪਹਿਲਾਂ ਨਾ ਬੋਲਿਆ ਕਰੋ ਜੀ। ਆਹ ਪਾੜਾ ਜੀ ਪਚਵੰਜਾ ਸੌ ਸੱਜਣ ਸਿੰਘ ਦਾ ਜੀ 5000 ਰੁਪਇਆ। ਇੱਕ ਮਿੰਟ 6000 ਜੀ ਕੀ ਨਾ ਬਾਪੂ ਜੀ ਰਣਜੀਤ ਸਿੰਘ 6000 8000 ਪਾੜੇ ਦਾ ਜੀ। 8 ਨੰਬਰ ਸੱਜਣ ਦਾ ਜੀ 9000 ਪਾੜੇ ਦਾ ਜੀ। 16 ਨੰਬਰ ਵੀ ਕਾਕੇ ਬਾਈ ਕਰਦੇ ਸਨ ਆਲੂ ਬੀਜਣ ਵਾਲੀ 7715 ਰੁਪਏ ਸਰਕਾਰੀ ਰੇਟ ਹੈ ਜੀ। ਆਲੂ ਬੀਜਣ ਵਾਲੀ ਆ ਪਈ ਆ ਨਾਭੀ ਰੰਗ ਦੀ 8 7 ਪਾਲ। ਅੱਗੇ ਬਾਈ 8.5 ਜੀ ਨਾ ਬੋਲਿਆ ਕਰੋ ਬਾਈ। ਗਗਨਦੀਪ ਬੀਜਣ ਵਾਲੀ ਹੈ ਨੋਟ ਕਰ ਲਿਆ ਸਿੰਦਰ ਤੂੰ ਬੋਲ ਨਾ। ਕਿੰਨਾ ਬੋਲਿਆ ਸੀ ਤੂੰ 8.5 ਗਗਨਦੀਪ ਬਾਈ 8100 ਗਗਨਦੀਪ ਦਾ ਬੋਲੋ ਭਾਈ 9000 ਸਤਪਾਲ ਦਾ ਜੀ 9000 ਗੁਰਦੇਵ ਦਾ ਜੀ 9.5 ਬੰਦੇ ਭੜੇ ਨੇ ਕਰਾ ਕੇ ਵੀ 500
अगे भाई बोली दो मलकीत की डरदा गा बधूगा मलकीत हो नमेड़ो भाई आप और बोलो भाई कह रहा है यार मलकीत रहा आओ मलकीत राम कर सकते आया काके साइन करी काके काका साइन करी तुम बोली दे तेरी 10,500 सी ना लो जी लो भी लो काके दे तक ना थी मुड़का ही ना अरे आई 10,000 तेरा सी तू नहीं कर सकता मशीन भाई आलू पट्टन वाली मशीन जी आलू पट्टन वाली मशीन 9,728 रुपया सरकारी रेट है इथों शुरू है 10,000 जी 8,500 भाई मेरा हाथ खड़ा कर दे बोलो सी लिखना सतारा दे बाकी भाई सतारा यार किने बोलिया भी है यार क्या यार 20,000 करो 20,000 भाई तेरा 22,000 सत पाला 22,000 पाड़ा 23 खड़ो 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 26,000 जीरो डल्ला भाई खड़ी है सामने सरकारी की 10,700 जीरो डल्ला लाल रंग वाली 11 सज्जन भाई जीरो डल्ला भाई पाड़े का 11.5 16,000
चक काके ने काके ने ला दी काके ने दिल खोल के काके हाथ खड़ा करता कर भाई काके हाथ खड़ा करता कर कर दी कर दी काका हूं भाई 2000 कट्ठी मर गया चलो सिंगल 16 की बोली होगी 25,000 कीमत है जी 16 तवियां दी जी 26 जी ओ पंजा सामने बस 26 नंबर 26 अगे जी 1 मिनट ਸਾਡੇ ਸੱਡੀ ਕਿਹੜਾ ਜੀ ਸਾਡੇ ਸੱਡੀ ਜੀ ਸਾਡੇ ਛੱਬੀ ਜੀ ਹਾਂਜੀ 27 ਜੀ 27 27 ਜੀ ਕੋਈ ਨੰਬਰ ਬੋਲੀ ਹੋਈ ਹੈ ਕਿ ਸਾਡੇ 27 ਸਾਡੇ 27 ਸਾਡੇ 27 ਕਿਹਦਾ ਬਈ 28 ਰੱਖੋ ਜੀ 28 ਸਾਡੇ 28 ਕਰ ਸਾਡੇ 28 ਕਰ 29 ਰੱਖੋ ਜੀ 29 ਰੱਖੋ ਜੀ ਹਾਂਜੀ ਹੁਣ ਦੇਖਣਾ ਵੀ ਹੈ ਇਹਦਾ 29 ਕਰ ਲਓ ਜੀ ਸਾਡੇ 29 ਕਰ ਲਓ ਸਾਡੇ 29 साढ़े 30 करते इधर साढ़े 30 है जी लखवीर सिंह का साढ़े 30 बोलो भाई 16 ਦੇ ਨੀਆਂ ਨੇ 16 ਆਓ ਜੀ ਲਖਵੀਰ ਸਿੰਘ ਚਲੋ ਜੀ ਆਓ ਲਖਵੀਰ ਨੂੰ ਸਦੀ बोली तो पहला ही ट्रैक्टर चला के देखे गए हाँ भाई हेलो आज भाई ट्रैक्टर वाले और नेड़े नु आ जाओ ट्रैक्टर की बोली वाले और नु आ जाओ रोना ना पाओ भी बन के ट्रैक्टर की जी बोली है सरकारी कीमत 380,440 रुपये ये 1,000 रुपया बदया करूँ हम 500 नहीं बदलना सीधा एंट्री 1,000 की होगी अमरीका ये बोली पा दिए तेरा ਭਾਈ ਮੜੇ ਜੀ ਉੱਚੀ ਬੋਲਿਆ ਕਰੋ 383 ਜੀ ਸੁਰਿੰਦਰ ਸਿੰਘ ਦਾ ਹਾਂਜੀ 390 91 ਕਰ ਦੇ ਇੱਕ ਮਿੰਟ ਖੜ ਜਾ ਜਾ चार ਕਹਾ ਤਾਂ ਨਾ ਬੋਲੇ ਦੇਖ ਪਾ
ਆੜੇ ਦਾ 4 21 ਜੀ 22 ਕਰ ਦੇ ਸਿੱਧੇ ਤਾਂ 4 22 ਛੱਡਣ ਦਾ ਜੀ 25 ਛੱਡਾ ਜੀ 36 ਕਰ ਦੇ ਕਾਲੇ ਦਾ चार छब्बी पाड़े का जी चार सताई करो जी लकीर के नाते नवी एंट्री चार चाली जी सुरेंद्र का सज्जन का 41 जी चार 41 सज्जन का जी ਬਾਲੀ ਸੁਰਿੰਦਰ ਦਾ ਜੀ 43 43 ਜੀ ਦਾ 43 ਜੀ ਦਾ ਬਈ ਨਹੀਂ ਨਹੀਂ ਪਹਿਲਾਂ 2013 ਜੀ ਚਾਰ 43 ਬਾਈ ਦਾ ਕੀ ਨਾਮ ਆ ਬਾਈ ਅਮਰੀਕ ਸਿੰਘ ਜੀ 39 ਕਰਦੇ ਆ 43 ਸੁਰਿੰਦਰ ਦਾ ਨੰਬਰ 3 ਨੰਬਰ 4:45 जी हाँ जी अगे भाई कोई है 13 नंबर 4:45 बोलो बोलो सजना दबो ना रहना करो पंताली है ना भाई दा और बोल कपड़ा दो और भाई पंताली कर पंताली कपड़ा यार साढ़े चार जी बस केड़ा पिंडा भाई अपना पखो पखो जी रखना पिंडा पूरी ओ भाई साढ़े चार तो अगे एक चुटी ला दो दब गया फफड़ा पैदा सारा पिंड फफड़ फुट गई ਮਾੜਾ ਫਕਾਰਾ ਅਮਰਵਾਜਾ ਕਰੋ ਜਿਹੜਾ ਛਪੰਜਾ
चल पे चार वाट जी चार वाट सुरेंद्र का जी कर दो कर दे यार भाई हो गया भाई ओ भाई भाई ना की अपना है सुरेंद्र सिंह खुश है पूरा ट्रैक्टर एक नंबर है ना दोस्तों पखो का ट्रैक्टर सी पखो दे विच ही रह गया हां देखा बड़ा वधिया आदा ट्रैक्टर अच्छा अच्छा कट्टी गड्डी है रूड़े कैदी ते पक्को दी अच्छा आटा भी नाम विच रखया करो कोई नहीं की नाम है जी अपना रंती सिंह ठीक है जी दोस्तों देख सकते हो तुसीं कट बहुत सीगा जिहड़ी पक्को बोली हुई है सोसाइटी दे विच संदा दी बहुत ही वधिया जिहड़ी बोली होके निबड़ी आ ले ले जी तुसीं कोई संदा हां जी कवियां ले आए अच्छा की नाम है जी अपना साडा नाम लखबीर सिंह है जी आही पिंड है जी आही है जी ठीक है दोस्तों रकम अदा करते हुए जिन्हां ने संद लेते ने किन्ने जने दी बोली आई टोटल इक्की जने इक्की बंदे ਬਾਈ ਬਹੁਤ ਬਹੁਤ ਵਧਾਈਆਂ ਤੈਨੂੰ ਹਨਾ ਦੋ ਹਜ਼ਾਰ ਨੀ ਜੀ 1900 ਘੰਟਾ 1882 ਘੰਟੇ ਆ ਨਾਲ ਦੇ ਟਾਇਰ ਨੇ ਏ ਟੂ ਜੈਡ ਆਹ ਦੇਖੋ ਦੂਰ ਤੋਂ ਕਿੰਨਾ ਰੰਗ ਵੀ ਨਹੀਂ ਜਿਹੜਾ ਲਿਆ ਹੈਗਾ ਹਾਂ ਚਾਬੀ ਦਾ ਦੂਰ ਦੀ ਗੱਲ ਹੈ ਬਾਈ ਰੰਗ ਹੀ ਨਹੀਂ ਲਿਆ ਸੀਟਾਂ ਸੁੱਟਾਂ ਸਾਰਾ ਕੁਛ ਜਮਾਂ ਜਮਾਂ ਨਵੇਂ ਪੈ ਨੇ ਤੈਨੂੰ ट्रैक्टर हूं भी बड़ा टॉप का लगा माड़ा।